ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਗੱਲ ਕਰਾਂਗੇ ਅੱਜ ਆਪਾਂ ਇੰਡੀਅਨ ਪੋਸਟ ਦੇ ਵਿੱਚ ਜਿਹੜੀ ਵੈਕੈਂਸੀ ਨਿਕਲੀ ਯਾਨੀ ਕਿ ਡਾਕ ਵਿਭਾਗ ਦੇ ਵਿੱਚ ਜਿਹੜੀ ਵੈਕੈਂਸੀ ਨਿਕਲੀ ਨੇ ਜੀ 40,899 ਟੋਟਲ ਪੋਸਟਾਂ ਨੇ ਜਿਹਦੇ ਵਿੱਚ ਕੀ ਆ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਜੀ ਅਤੇ ਗੱਲ ਕਰੀਏ ਪੜ੍ਹਾਈ ਦੀ ਤਾਂ 10ਵੀਂ ਪਾਸ ਇਹਦੇ ਵਿੱਚ ਕੈਂਡੀਡੇਟ ਅਪਲਾਈ ਕਰ ਸਕਦਾ ਕਾਫੀ ਵੱਡੀ ਗਿਣਤੀ ਹੈ ਜੀ ਪੋਸਟਾਂ ਦੀ ਅਤੇ ਇਹ ਤੁਸੀਂ ਕੀ ਹੈ ਲਾਸਟ ਡੇਟ 16/2 ਯਾਨੀ ਕਿ 16 ਫਰਵਰੀ 2023 ਤੱਕ ਅਪਲਾਈ ਕਰ ਸਕਦੇ ਹੋ ਠੀਕ ਆ ਜੀ ਉਮਰ ਵੀ ਬਹੁਤ ਆ ਦੋਸਤੋ 40 ਸਾਲ ਤੱਕ ਆ ਜਿਹਨਾਂ ਦੀ SC BC ਵਾਲੇ ਉਹਨਾਂ ਨੂੰ 5 ਸਾਲ ਦੀ ਹੋੜ ਵੀ ਮਿਲ ਜਾਂਦੀ ਹੈ SC ਨੂੰ 5 ਸਾਲ ਦੀ ਜੀ BC ਨੂੰ 3 ਸਾਲ ਦੀ ਠੀਕ ਆ ਜੀ ਅਤੇ ਇਹ ਸਾਰੀ ਹੀ ਸਟੇਟ ਦੀ ਯਾਨੀ ਕਿ ਇਹ ਜਿਹੜੀਆਂ ਪੋਸਟਾਂ ਨੇ ਜੀ ਆਪਣੇ ਐਂ ਲਾ ਲਓ ਵੀ ਸਾਰੇ ਹੀ ਸਟੇਟ ਦੀਆਂ ਨੇ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਦੀਆਂ ਤੁਸੀਂ ਦੇਖੋਗੇ ਇੱਧਰ ਪੰਜਾਬ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਜੀ ਟੋਟਲ 760 ਨੇ ਜੀ ਟੋਟਲ ਪੋਸਟਾਂ ਠੀਕ ਆ ਜੀ ਇਹ ਅਲੱਗ ਅਲੱਗ ਦੱਸੀਆਂ ਗਈਆਂ ਨੇ ਜੀ ਕਿਹੜੀ ਕਿਹੜੀ ਕੈਟਾਗਰੀ 'ਚ ਕਿੰਨੀ ਕਿੰਨੀਆਂ ਪੋਸਟਾਂ ਰੱਖੀਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਜੋ ਪੇ ਸਕੇਲ ਆ ਤੁਸੀਂ ਦੇਖੋਗੇ 12,000 ਤੋਂ ਲੈ ਕੇ ਜੀ 29,380 ਤੱਕ ਅਲੱਗ ਅਲੱਗ ਪੋਸਟ ਡਾਕ ਸੇਵਕ ਦੀ ਹੈ ਜੀ ਪੋਸਟ ਆਫਿਸ ਦੀ ਹੈਗੀ ਜਿਹੜਾ ਵਿੱਚ ਹੁੰਦਾ ਜੀ ਠੀਕ ਹੈ ਮਤਲਬ ਡਾਕ ਪੋਸਟ ਆਫਿਸ ਡਾਕੇ ਤੋਂ ਜਿਹੜੀ ਉੱਪਰਲੀ ਪੋਸਟ ਹੁੰਦੀ ਹੈ ਠੀਕ ਹੈ ਜੀ ਇਹ 'ਚ 3 ਪ੍ਰਕਾਰ ਦੀਆਂ ਵੈਕੈਂਸੀਆਂ ਰੱਖੀਆਂ ਗਈਆਂ ਨੇ ਅਤੇ ਨਾਲ ਹੀ ਤੁਹਾਡੇ ਕੋਲ ਕੰਪਿਊਟਰ ਦੀ ਵੀ ਸਕਿੱਲ ਹੋਣੀ ਚਾਹੀਦੀ ਹੈ ਤੁਹਾਨੂੰ ਸਾਈਕਲ ਵਗੈਰਾ ਵੀ ਨੌਲੇਜ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ ਅਪਲਾਈ ਕਰਨਾ ਜੀ ਅਤੇ ਉਸ ਤੋਂ ਬਾਅਦ ਇੱਥੇ ਤੁਸੀਂ ਰਜਿਸਟ੍ਰੇਸ਼ਨ 'ਤੇ ਜਾਓਗੇ ਜੇ ਕਲਿੱਕ ਕਰੋਗੇ ਜੀ ਇੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰਾ ਸਕਦੇ ਹੋਗੇ ਇੱਥੇ ਤੁਸੀਂ ਜਾਓਗੇ ਤਾਂ ਹੁਣ ਵੈਬਸਾਈਟ ਥੋੜ੍ਹੀ ਜਿਹੀ ਬਿਜ਼ੀ ਚੱਲ ਰਹੀ ਹੈਗੀ ਇੱਥੇ ਜਾਓਗੇ ਤਾਂ ਤੁਸੀਂ ਵੈਬਸਾਈਟ ਖੁੱਲ੍ਹ ਜਾਣੀ ਹੈ ਜੀ ਇੱਥੇ ਤੁਸੀਂ ਆਪਣੀ ਜਿਹੜੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਅਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਇੱਕ ਵਾਰੀ ਨੋਟੀਫਿਕੇਸ਼ਨ ਚੈੱਕ ਕਰ ਲਓ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਪੂਰਾ ਹੀ ਦੱਸਿਆ ਗਿਆ ਜੀ ਡਿਟੇਲ ਦੱਸੀ ਗਈ ਹੈ ਠੀਕ ਹੈ ਜੀ ਵੀ ਪੋਸਟ ਲਈ ਕੀ ਮੰਗਿਆ ਹੋਇਆ ਹੈਗਾ ਬਾਕੀ ਤੁਹਾਨੂੰ ਮੈਂ ਦੱਸ ਹੀ ਤਾਂ 10ਵੀਂ ਪਾਸ ਆ ਜੀ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਉੱਥੇ ਜੁਆਇਨ ਕਰ ਲਓ ਅਤੇ ਨਾਲ ਹੀ ਦੋਸਤੋ ਡੇਲੀ ਪੋਸਟਾਂ ਜਾਣ ਕਰਨ ਲਈ ਤੁਸੀਂ ਕੀ ਹੈ ਸਾਡੀ ਵੈਬਸਾਈਟ ਸਰਕਾਰੀ ਪੋਸਟਾਂ ਨੂੰ ਵਿਜ਼ਿਟ ਕਰ ਲਓ ਜਿਸ ਦੇ ਵਿੱਚ ਤੁਹਾਡੇ ਲਈ ਹਰ ਰੋਜ਼ ਅਸੀਂ ਪੋਸਟਾਂ ਦੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਚਾਹੇ ਉਹ ਪੰਜਾਬ ਗਵਰਨਮੈਂਟ ਅੰਡਰ ਹੋਣ ਜੀ ਠੀਕ ਹੈ ਜੀ ਜਾਂ ਸਟੇਟ ਲੈਵਲ ਦੀਆਂ ਹੁਣ ਰਿਆਲਟ ਐਡਮਿਟ ਕਾਰਡ ਰੁਜ਼ਗਾਰ ਮੇਲਾ ਠੀਕ ਹੈ ਜੀ ਤਾਂ ਤੁਸੀਂ ਇਸ ਵੈਬਸਾਈਟ 'ਤੇ ਉਸ ਤੋਂ ਆ ਜਾਣਾ ਹੁਣ ਇਸ ਐਟਮੈਟ ਜੀ ਵੀ ਚੱਲੀ ਜਾਂਦੀ ਹੈ ਆ ਦੇਖੋ ਹੁਣ ਸੈਟ ਓਪਨ ਹੋ ਗਈ ਬਿਲਕੁਲ ਸੌ ਇਹਦੇ ਵਿੱਚ ਸ਼ੋਰਟੇਜ ਵੇ ਹੈ ਜੀ ਕੋਈ ਵਾਲਾ ਕੋਈ ਔਖਾ ਫਾਰਮ ਨਹੀਂ ਹੈਗਾ ਤੁਸੀਂ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਜਿਹੜਾ ਤੁਹਾਡੇ ਕੋਲ ਐਕਟੀਵੇਟਾ ਉਸ ਤੋਂ ਬਾਅਦ ਉਹਨੂੰ ਵੈਲੀਡੇਟ ਕਰ ਦੇਣਾ ਉਸ ਤੋਂ ਬਾਅਦ ਈਮੇਲ ਠੀਕ ਹੈ ਜੀ ਆਪਣਾ ਨਾਮ ਜਿਹੜਾ ਤੁਹਾਡਾ ਸਕੂਲ ਸਰਟੀਫਿਕੇਟ 'ਤੇ ਚੱਲੀ ਜਾਂਦਾ ਉਹ ਤੋਂ ਬਾਅਦ ਫਾਦਰ ਨੇਮ ਤੁਹਾਡਾ ਜਿਹੜਾ ਸਕੂਲ ਸਰਟੀਫਿਕੇਟ 'ਤੇ ਠੀਕ ਹੈ ਜੀ ਉਹ ਡੇਟ ਆਫ ਬਰਥ ਜੈਂਡਰ ਵਗੈਰਾ ਇਹ ਸਾਰਾ ਸਿਲੈਕਟ ਕਰਨ ਤੋਂ ਬਾਅਦ ਜੀ ਠੀਕ ਹੈ ਜੀ SC ਕੈਟਾਗਰੀ ਜਿਸ ਕੈਟਾਗਰੀ ਤੁਸੀਂ ਆਉਂਦੇ ਸਿਲੈਕਟ ਕਰੋਗੇ ਉਸ ਤੋਂ ਬਾਅਦ ਕਿਹੜੇ ਸਰਕਲ 'ਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਉਸ ਤੋਂ ਬਾਅਦ ਸਕੂਲ ਈਅਰ ਪਾਸਿੰਗ ਸੈਕੰਡਰੀ ਯਾਨੀ ਕਿ 10ਵੀਂ ਸਕੂਲ ਕਿਹੜਾ ਸਾਲ 'ਚ ਪਾਸ ਕਰਿਆ ਉਹ ਭਰੋਗੇ ਉਸ ਤੋਂ ਬਾਅਦ ਤੁਸੀਂ ਕੈਪਚਾ ਭਰੋਗੇ ਸਬਮਿਟ ਕਰੋਗੇ ਠੀਕ ਹੈ ਜੀ ਸਬਮਿਟ ਜਦੋਂ ਕਰੋਗੇ ਤੁਹਾਡੇ ਕੋਲ ਨੈਕਸਟ ਜਿਹੜੀ ਆਪਸ਼ਨ ਤੁਸੀਂ ਲੌਗਇਨ ਕਰਨਾ ਹੈਗਾ ਜੀ ਉਸ ਤੋਂ ਬਾਅਦ ਅਗਲੇ ਤੁਹਾਡੇ ਪ੍ਰੋਸੈਸ ਖੁੱਲ ਜੂਗਾ ਨਹੀਂ ਤੁਸੀਂ ਇੱਥੋਂ ਵੀ ਲੌਗਇਨ ਅਗਲਾ ਪੇਜ ਕਰ ਸਕਦੇ ਹੋ ਤੁਹਾਡੇ ਕੋਲ ਇੱਕ ਰਜਿਸਟ੍ਰੇਸ਼ਨ ਨੰਬਰ ਤੁਹਾਨੂੰ ਜਾਰੀ ਹੋ ਜੂਗਾ ਉਹ ਸਿਰੇ ਫਿਲ ਕਰਕੇ ਔਰ ਜਿਹੜਾ ਸਰਕਲ ਸਿਲੈਕਟ ਕੀਤਾ ਅਸੀਂ ਸਬਮਿਟ ਕਰੋਗੇ ਉਸ ਤੋਂ ਬਾਅਦ ਤੁਹਾਡਾ ਐਪਲੀਕੇਸ਼ਨ ਫਾਰਮ ਫਿਲ ਕਰਨਾ ਜੀ ਤੁਸੀਂ ਰੈਫਰੈਂਸ ਸਿਲੈਕਟ ਕਰਨੀ ਹੈ ਵੀ ਕਿੱਥੇ ਕਿੱਥੇ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਸੈਂਟਰ 'ਚ ਇਹ ਤੁਸੀਂ ਆਪਣੀ ਜੋਬ ਰੈਫਰੈਂਸ ਦੇਣਾ ਚਾਹੁੰਦੇ ਹੋਗੇ ਠੀਕ ਹੈ ਜੀ ਉਹ ਤੁਹਾਡੀ ਰੈਫਰੈਂਸ ਤੁਹਾਨੂੰ ਸਾਰੀ ਹੀ ਇੱਥੇ ਆ ਜਾਊਗੀ ਜਿੱਥੇ ਤੁਸੀਂ ਰੈਫਰੈਂਸ ਦੇਣਾ ਚਾਹੁੰਦੇ ਹੋਗੇ ਅਤੇ ਉਹ ਸਿਲੈਕਟ ਕਰ ਸਕਦੇ ਹੋ ਜੀ ਤਾਂ ਇਸ ਤਰ੍ਹਾਂ ਇਹ ਤੁਸੀਂ ਇੰਡੀਅਨ ਪੋਸਟ ਆਫਿਸ ਦੇ ਵਿੱਚ ਜੋ ਪੰਜਾਬ ਦੇ ਵਿੱਚ ਯਾਨੀ ਕਿ ਆਲ ਇੰਡੀਆ ਦੇ ਵਿੱਚ ਵੈਕੈਂਸੀਆਂ ਨੇ ਜੀ 40,899 ਅਤੇ ਇਹ ਤੁਸੀਂ ਅਪਲਾਈ ਕਰ ਸਕਦੇ ਹੋਗੇ ਜਿਹਦੇ ਵਿੱਚ SC ST ਅਤੇ PH ਦੇ ਆਲ ਫੀਮੇਲ ਕੈਟਾਗਰੀ ਕੋਈ ਫੀਸ ਨਹੀਂ ਰੱਖੀ ਜਨਰਲ ਨੂੰ ਉੱਥੇ 100 ਰੁਪਏ ਫੀਸ ਕਰਨੀ ਪੇ ਕਰਨੀ ਹੈ ਠੀਕ ਹੈ ਜੀ ਅਤੇ OBC ਨੂੰ ਵੀ ਬਹੁਤ ਵਧੀਆ ਪੋਸਟ ਹੈ ਦੋਸਤੋ ਨਾ ਤਾਂ ਦੇਖੋ ਇਹਦੇ 'ਚ ਕੋਈ ਪੇਪਰ ਹੋਣਾ ਜੀ ਠੀਕ ਹੈ ਅਤੇ ਇਕੱਲੀ ਇਹ ਮੈਰਿਟ ਬੇਸ 'ਤੇ ਪੇਪਰ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡਾ ਲੱਗੀ ਜਾਂਦੀ ਇਹਦੀ ਮੈਰਿਟ ਆਉਣੀ ਹੈ ਜਿਹੜੀ ਮੈਰਿਟ ਆਉਣੀ ਹੈ ਜੀ ਉਹ ਫਰਵਰੀ ਦੇ ਵੀਕ 'ਚ ਆਉਣੀ ਆ ਲਾਸਟ ਵੀਕ ਦੇ ਵਿੱਚ ਆ ਜਾਣੀ ਆ ਤਾਂ ਬਹੁਤ ਵਧੀਆ ਮੌਕਾ ਜੀ ਤਾਂ ਵੱਧ ਤੋਂ ਵੱਧ ਇਹਨੂੰ ਤੁਸੀਂ ਅਪਲਾਈ ਕਰੋ ਜੀ ਕੋਈ ਤੁਹਾਡਾ ਸੁਝਾਅ ਨੀਚੇ ਕਮੈਂਟ ਸੈਕਸ਼ਨ 'ਚ ਕਰੋ ਅਤੇ ਦੂਸਰੀ ਗੱਲ ਆ ਵੈਬਸਾਈਟ ਦੋਸਤੋ ਸਰਕਾਰੀ ਪੋਸਟਾਂ ਗੂਗਲ ਸਰਚ ਕਰ ਲਿਆ ਕਰੋ ਸਰਕਾਰੀ ਪੋਸਟਾਂ ਜਿਹਦੇ ਵਿੱਚ ਤੁਹਾਡੇ ਲਈ ਡੇਲੀ ਪੋਸਟਾਂ ਦੀ ਜਾਣਕਾਰੀ ਲੈ ਕੇ ਆਉਣੇ ਰਹਿੰਦੇ ਹਾਂ ਜੀ ਧੰਨਵਾਦ।